सिमरन तेरे लिए गिफ्ट लेके आई थी मैं मेरे लिए ज्ञान दे रे पत्ते बुड्ढ सा गांव में परमात्मा तेन पागल आवे तेन सत्या पाशा मेरे ना बहुत सारे काम होंगे ने तुसी सवेरे सवेरे रोमांटिक हो लग जंदे हो यार की है हाथ मत गए चलो जे तुसी इन्ना कहंदे हो तो मैं रख लेनी हां पर तुसी अदा दे गल्ला ना करो मेरे पति दा ब्याह हो गया लगी भाई मेनू नूं मिल गई ते गरीबी पुतना बहुत कट्टी है हुन वाहेगुरु ने साडे दिन फोरते सच्चा पातशाह ने काल पुरख ने बहुत सोहना टाइम देता पुत ਨੇ ਪਿਆ ਬੋਏ ਲੜੇ ਵਧੀਆ ਹੋਇਆ ਜੇ ਪਿਆ ਕੋਈ ਬਣ ਗਿਆ ਜੀ ਆਪਣਾ ਮਤਲਬ ਬਹੁਤ ਔਖਾ ਮੇਰੇ ਨਾਲੇ ਹੋਰ ਕੌਣ ਸਾਂਭਾ ਜ਼ਿੰਮੇਵਾਰੀਆਂ ਦੀ ਨਾਲੇ ਜ਼ਿੰਮੇਵਾਰ ਆ ਉਹ ਡਿਊਟੀ ਦੀ ਨਹੀਂ ਪਤਾ ਹੋਰ ਯਾਰ ਤੇ ਸ਼ਸ਼ੀਕਾਲ ਸ਼੍ਰੀਕਾਲ ਭਰਜਾਈ ਚੱਲ ਚੱਕ ਚਾਜ ਸਵੇਰੇ ਹੋਰ ਠੀਕ ਹੋ ਹਾਂਜੀ ਤੁਸੀਂ ਦੱਸੋ ਠੀਕ ਠਾਕ ਹੋ ਦੀਪ हाँ भाई भरजाई बहुत सोहनी है यार अच्छा भाई केड़े बाबे दे सुख सुखी दी ओ भाई सुखा सुखा गानी हां एदा किस मन दे सौदे ने भाई दस दे यार ऐ कणू करदा ओ नहीं यार किसे चादर ने सुखी भाई एदा किस तनु कहन दा लग रहा किस मन दे सौदे ने भाई नाले भरजाई डॉक्टर है ओए हां भाई डॉक्टर नहीं है भरजाई तेरी हां भाई हुण तां यार सरकारी पैसे टिकदा ताही दा घर ले लिया बोल्ट ले लिया ओ भाई यार किस में चक्कर ने सारे पहले वेला किन्ना गरीब हुंदा सी मैं घरे आटा नहीं हुंदी खाण नू ਮਸਾਂ ਮੈਂ ਸੋਚਦੇ ਹੱਥ ਨੂੰ ਰੋਟੀ ਬਣੂ ਕਿ ਨਾ ਬਣੂ ਘਰੇ ਅੱਜ ਦੇਖ ਲੈ ਮਾਲਕ ਨੇ ਰੰਗ ਲਾ ਰੱਖੇ ਨੇ ਘਰੇ ਆਪਣੇ ਬਈ ਡਾਕਟਰ ਨੇ ਮਿਲ ਗਈ ਲੱਗੀ ਹੋਈ ਆਪਾਂ ਨੂੰ ਤਾਂ ਤਾਂ ਤੈਨੂੰ ਕਹਿਣਾ ਵੀ ਕਿਹੜੇ ਬਾਬੇ ਦੇ ਸੁੱਖ ਸੁੱਖੀ ਆ ਦੱਸ ਦੇ ਉਹ ਸੁੱਖਾ ਸੱਖਾ ਕਿਹੜੀਆਂ ਬੋਲਿਆ ਉਹਨੂੰ ਕਹਿ ਬਸ ਤਾਂ ਹੀ ਸਿੱਧੀ ਨਵੀਂ ਦਾ ਰਸਤੇ ਸਿੱਧੇ ਹੁਣ ਜੇ ਸਾਰਾ ਕੁਝ ਹੋ ਜਾਂਦਾ ਹੁੰਦਾ ਹਾਂ ਇਹ ਤਾਂ ਹੈਗਾ ਨਾਲੇ ਹੋਰ ਤੂੰ ਦੱਸ ਫਿਰ ਘਰ ਬਾਤੇ ਠੀਕ ਨੇ ਸਾਰੇ ਹਾਂ ਸਾਰੇ ਵਧੀਆ ਮਾਤਾ ਕਿੱਥੇ ਆ ਓ ਯਾਰ ਮਾਤਾ ਇਧਰ ਗਵਾਂਢੇ ਦੇ ਗਈ ਹੋਈ ਆ ਮਰਗ ਦੀ ਯੋਗ ਸੀਗੀ ਹੁਣ ਤੇ ਬੈਠਣ ਗਈ ਆ ਜੀ ਤੈਨੂੰ ਪਤਾ ਫਿਰ ਜਾਣਾ ਪੈਂਦਾ ਦੁੱਖ ਸੁੱਖ ਸਾਰਿਆਂ ਨੇ ਬਈ ट्रेनिंग चल वधिया हो गया और तेरा तेरी ड्यूटी हुण कित्थे सी ਮੇਰੇ ਤਾਂ ਪਠਾਨਕੋਟ ਅੱਛਾ ਪਠਾਨਕੋਟ ਹਾਂ ਅੱਛਾ ਦੱਸਿਆ ਸੀਗਾ ਤੇਰੀ ਛੁੱਟੀ ਦੇ ਕਿੰਨੇ ਦਿਨ ਰਹਿ ਗਏ ਆ ਛੁੱਟੀ ਦੇ ਯਾਰ ਬਸ ਆਹੀ 10 ਦਿਨ ਰਹਿ ਗਏ ਫਿਰ ਜਾਣਾ ਫਿਰ ਮੈਂ ਛੁੱਟੀ ਕੱਟ ਗਏ ਅੱਛਾ ਮੇਰੇ ਤਾਂ ਹਲੇ ਪਏ ਆ 20 ਦਿਨ ਮੰਗੋ ਚੱਲ ਕੋਈ ਨਾ ਰਹਿ ਜਾਣਗੇ ਵਧੀਆ ਓ ਯਾਰ ਹੋਰ ਬਾਕੀ ਯਾਰ ਉੱਥੇ ਜਾ ਕੇ ਵੀ ਨਹੀਂ ਜੀ ਲੱਗਦਾ ਬਾਕੀ ਤੇਰਾ ਨਹੀਂ ਜੀ ਲੱਗਣਾ ਓ ਯਾਰ ਬਸ ਜਾਣਾ ਪੈਂਦਾ ਹੁਣ ਕਰੀਏ ਕੀ ਫਿਰ ਡਿਊਟੀ ਵੀ ਕਰਨੀ ਪਊਗਾ ਆਪਾਂ ਨੂੰ ਯਾਰ ਉੱਥੋਂ ਵੀ ਨਹੀਂ ਭੱਜ ਸਕਦੇ ਹਾਂ ਇਹ ਤਾਂ ਹੈ ਬਾਕੀ ਨਹੀਂ ਬਾਕੀ ਆਪਾਂ ਸ਼ਾਮ ਨੂੰ ਮਿਲਦੇ ਆ ਠੀਕ ਆ ਬਾਕੀ ਸ਼ਾਮ ਨੂੰ ਆਪਾਂ ਪਾਰਟੀ ਆਪਾਂ ਸ਼ਾਮ ਨੂੰ ਮਿਲਦੇ ਆ ਤੇ ਸ਼ਾਮ ਨੂੰ ਕਰਦੇ ਆ ਪਾਰਟੀ ਓਕੇ ਇਹਨਾਂ ਨੂੰ ਫੋਨ ਕਰੂੰਗਾ ਫੋਨ ਚੱਕ ਲਈ ਮੇਰਾ ਤੇ ਲੈ ਤੇ ਮਰਨ ਚਲੋ ਫਿਰ ਆਪਾਂ ਮਿਲਦੇ ਆ ਤੇ ਇੱਕ ਤਾਂ ਯਾਰ ਅੱਜ ਲੇਟ ਹੋ ਗਿਆ ਕੰਮ ਤੋਂ ਕਿਤੇ ਕਹਿਣ ਲੱਗਾ ਜੀ ਦਾ ਸਨੇਹ ਆ ਵੀ ਗਿਆ ਵੀ ਭਾਈ ਆ ਗਿਆ ਹਨਾ ਮੈਂ ਲੇਟ ਹੋ ਜਾਂਦਾ ਰੋਜ਼ ਯਾਰ ਦੇਖਦੇ ਆ ਕੀ ਗੱਲ ਹੈ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਟਾਈਮ ਹੈ ਕੋਈ ਤਰ੍ਹਾਂ ਆਉਣ ਦਾ ਇਹ ਕਰੇ ਰੋਟੀ ਦਾ ਔਖਾ ਜੀ ਲਾ ਕੇ ਹੁਣੇ ਬਿਨੇ ਦਰ ਕੇ ਲੇਟ ਹੋ ਜਾਂਦਾ ਜੀ ਫਿਰ ਮੈਨੇ ਤੇਰਾ ਠੇਕਾ ਲੈ ਰੱਖਿਆਗਾ ਅਬ ਦਾ ਸੁਨੇਹਾ ਆਇਆ ਕਰ ਉਹਦੇ ਕੰਮ ਤੇ ਉਹ ਮੁੰਡਾ ਸੁਨੇਹਾ ਆ ਜਾਂਦਾ ਕੰਮ ਤੇ ਸੀ ਜਾਂਦਾ ਟਾਈਮ ਚੱਲ ਰਿਹਾ ਮੇਰਾ ਆ ਦੋ ਚਾਰ ਦਿਨਾਂ ਦੀ ਗੱਲ ਹੈ ਜੀ ਉਹ ਗਈ ਹੋਈ ਹੈ ਜੀ ਆ ਜਾਣਗੇ ਜਵਾਕ ਜੀ ਬਲਾਲ ਆ ਉਹਦਾ ਰੋਟੀ ਦਾ ਜੰਗਾੜ ਕਰ ਆਉਦਾ ਰੋਟੀ ਲਾ ਕੇ ਹੁਣੇ ਬਿਨੇ ਤਾਂ ਹੀ ਲੇਟ ਹੋ ਜਾਂਦਾ ਜੀ ਮੈਂ ਅੱਗੇ ਵੀ ਤਾਂ ਆਉਂਦੀ ਸੀ ਪਹਿਲਾਂ ਜੀ ਤੈਨੂੰ ਕਹਿ ਦਿੰਨੂ ਵੀ ਲੇਟ ਆਉਂਦੇ ਨੂੰ ਕੋਈ ਨਾ ਜੀ ਮੈਂ ਕਰਦਾ ਫੋਨ ਦੇਖਦਾ ਜੀ ਮੈਂ ਤਾਂ ਦੋ ਦਿਨ ਦੇਖੂੰਗਾ ਜੇ ਤਾਂ ਟਾਈਮ ਤੇ ਆਉਣਾ ਠੀਕ ਆ ਨਹੀਂ ਮੈਂ ਬੰਦਾ ਹੋਰ ਦੇਖੂੰਗਾ ਆਪਦਾ ਆਏ ਨਾ ਕਰੋ ਜੀ ਮੈਂ ਬਸ ਦੋ ਚਾਰ ਦਿਨਾਂ ਦੀ ਆ ਜੀ ਫਿਰ ਮੈਂ ਆ ਜਾ ਕਰੂੰਗਾ ਜੀ ਚੰਗਾ ਜਾ ਕੇ ਕੰਮ ਤੇ ਲੱਗ ਹੁਣ ਉਧਰ ਦੇਖਦਾ ਜੀ ਅੱਗੇ ਤੋਂ ਨਹੀਂ ਆਉਂਦਾ ਜੀ ਆਪਦਾ ਟਾਈਮ ਤੇ ਆ ਜੀ ਤਾਂ ਲਾ ਲੂੰਗਾ ਕੰਮ ਤੇ ਨਹੀਂ ਆਪਦਾ ਛੁੱਟੀ ਕਰ ਪੈਸੇ ਪਹਿਲੀ ਨਹੀਂ ਬੈਠਿਆ ਤੂੰ ਸਾਰੇ ਜਾਂ ਲੱਗ ਕੰਮ ਤੇ ਜਾ ਕੇ ਉਧਰ ਚੱਲ ਯਾਰ ਬੈਲਟ ਜਾ ਕਰਦੇ ਯਾਰ ਇੱਕ ਤਾਂ ਖੰਜ ਪੈਂਦਾ ਦੁੱਖੀ ਜਾਂਦੀ ਹੈ ਰੱਖਾ ਵੀ ਅੱਜ ਤਾਂ ਬੜਾ ਲੇਟ ਹੋ ਗਿਆ ਸਵੇਰੇ ਸਵੇਰੇ ਗਾਣਾ ਜਿਹਾ ਖਰਾਬ ਹੋ ਗਿਆ ਉਹ ਜਦ ਜਦ ਦੀ ਬਦਲ ਦੇ ਤੂੰ ਯਾਰ ਕੁਛ ਬੈਰਿੰਗ ਦੇ ਵਿੱਚ ਮੈਂ ਕਰਦਾ ਬੈਲਟ
ਬਹੁਤ ਹੈ ਨਿੱਕ ਪਾਲਕ। ਕੀ ਕਰਦੇ ਫੌਜ ਨੇ? ਬਸ ਸਾਗ ਦੀਆਂ ਤਿਆਰੀਆਂ ਚੱਲਦੀਆਂ। ਅੱਛਾ ਚੱਲ ਵਧੀਆ। ਬੇਬੇ ਕਿੱਥੇ? ਬੇਬੇ ਨਾਲ ਨਹੀਂ ਨਾਲ ਯਾਰ, ਉਹ ਬਾਹਰ ਗਈ ਸੀ ਕਿਸੇ ਦੇ ਘਰੇ। ਮੈਂ ਕਿਹਾ ਚੱਲ ਮੈਂ ਨਾ ਕੰਮ ਕਰ ਦਿੰਦੀ ਆ। ਚੱਲ ਵਧੀਆ, ਚੱਲ ਮੈਂ ਚਰਾ ਦਿੰਦਾ ਇਹਨੇ, ਬੇਬੇ ਆਉਂਦੀ ਹੋਊਗੀ। ਚੱਲ ਬਹਿ ਜਾ, ਲੈ ਲੈ ਗੱਡੀ ਚੱਲੇ ਹੁਣ। ਠੀਕ ਹੈ, ਚੱਲ ਵਧੀਆ ਹੋ ਗਿਆ, ਇੰਨਾ ਕੰਮ ਤਾਂ ਲੱਗ ਹੀ ਕਰਨਾ, ਹੌਲੀ ਹੌਲੀ ਸਿੱਖ ਜਾਏਗੀ। ਚੱਲ ਉਹਨੂੰ ਗੇੜਾ ਦੇ ਦੇ ਹੁਣ। ਹੋ ਗਿਆ ਨਾ? ਵਾਹ, ਹੌਲੀ ਹੌਲੀ ਸਿੱਖ ਜਾਏਗੀ। ਨਾਲੇ ਹੁਣ ਲਾਸਨ ਕਹਿੰਦਾ ਫੇਰ ਨਹੀਂ, ਬੇਬੇ ਆ ਜੂਗੀ ਫਿਰ ਬੇਬੇ ਸਾਗ ਧਰ ਦੂਗੀ। ਠੀਕ ਹੈ, ਹਾਂ ਐਵੇਂ ਆਪਾਂ ਇੰਨਾ ਕੰਮ ਕਰਕੇ ਧਰ ਦਿੰਦੇ ਹਾਂ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਐਤਬਾਰ ਦੀ ਗੱਲ ਹੈ, ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਹੈ। ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਅਸੀਂ ਯਾਰ ਮਾਸੀ, ਸਤਿ ਸ੍ਰੀ ਅਕਾਲ ਪੁੱਤਾ। ਹਾਂ ਮਾਸੀ, ਉਹ ਠੀਕ ਹੋ? ਹੋਰ ਸੁੱਤੀ ਕਦ ਆਇਆ ਸੀ ਪੁੱਤਾ? ਬਸ ਮਾਸੀ ਥੋੜੇ ਦਿਨ ਹੋਏ ਨੇ ਆਏ ਨੂੰ। ਹੋਰ ਕਿਹੜੇ ਠੀਕ ਨੇ ਸਾਰੇ? ਵਧੀਆ ਨੇ? ਠੀਕ ਠਾਕ ਪੁੱਤ, ਚਾਹ ਪਾਣੀ ਪੀ ਕੇ ਜਾਈ ਪੁੱਤ? ਕੋਈ ਨਾ ਮਾਸੀ, ਜਦੋਂ ਮੈਂ ਗੇੜਾ ਵੱਜਿਆ ਨਾ ਘਰ ਕਣੀ ਮੈਂ ਆ ਕੇ ਜਾਊਂਗਾ। ਹੋਰ ਤੇਰੀ ਬੀਬੀ ਠੀਕ ਆ? ਹਾਂ ਠੀਕ ਠਾਕ, ਸਾਰੇ ਵਧੀਆ ਮਾਸੀ। ਹੋਰ ਸਾਰੇ ਠੀਕ ਨੇ? ਆਪਣੇ ਠੀਕ ਠਾਕ? ਹੋਰ ਹੀ ਪਾਲੀ ਹੋਰੀ ਸਾਰੇ ਠੀਕ ਠਾਕ ਆ ਤੇ। ਚਲ ਠੀਕ ਆ ਮਾਸੀ, ਜਦੋਂ ਆਏ ਮੈਂ ਆ ਜਾਊਂ ਘਰੇ। ਜ਼ਰੂਰ ਆ ਕੇ ਜਾਈ ਪੁੱਤ, ਚੰਗਾ ਚੰਗਾ ਮਾਸੀ ਜੀ, ਚੰਗਾ ਪੁੱਤ ਜ਼ਰੂਰ ਹੀ ਆਉਣਾ। ਚਾਹ ਪਾਣੀ ਪੀ ਕਿਉਂ ਨਾ ਸਾਨੂੰ, ਤੂੰ ਫੋਨ ਹੀ ਨਹੀਂ ਚੱਕਦਾ, ਰਾਤ ਫੋਨ ਕਰੇ ਤੈਨੂੰ। ਅਗਲੀ ਭਰਤੀ ਭਰਦੇ ਸਿਲੈਕਟ ਹੋ ਜਾਏਗਾ ਬਾਈ ਤੂੰ। ਉਹ ਕਾਣ ਹੁਣ ਨੀ ਜੀ ਕਰਦਾ ਯਾਰ ਭਰਨ ਨੂੰ। ਹੋਰ ਕਰੋਗੇ ਕੀ ਫਿਰ ਆਉਣਾ? ਉਹ ਹੁਣ ਤਾਂ ਕੰਮ ਕਾਰੇ ਦੇਖਦੇ ਆ, ਕੋਈ ਯਾਰ ਕੁਛ ਨੀ ਬਣਦਾ ਇੱਧਰ। ਉਹ ਪਤੰਦਰਾ ਜਿਹੜੀ ਪੜ੍ਹਾਈ ਕਰੇ ਦਾ ਫਾਇਦਾ ਕੀ ਆ ਫਿਰ? ਇੱਕ ਵਾਰ ਮੇਰੇ ਕਿਸੇ ਤੋਂ ਭਰ ਕੇ ਦੇਖ ਲਾ, ਖਬਰਾਂ ਕਿਸਮ ਚਮਕ ਜੇ ਤੇਰੀ। ਚੱਲ ਦੇਖ ਲਾਂਗੇ ਯਾਰ, ਭਰ ਕੇ ਹੋਰ ਕੀ ਬਣੇ ਫਿਰ ਹੁਣ। ਉਹ ਭਰ ਦਿਓ, ਨਾਲੇ ਯਾਰ ਕਿਸਮ ਦਾ ਕੋਈ ਪਤਾ ਨੀ ਕਿੱਥੇ ਖੁੱਲ ਜੇ ਹਨਾ। ਚੱਲ ਦੇਖਦੇ ਹਾਂ। ਹੋਰ ਫਿਰ ਠੀਕ ਆ ਨਾ? ਹੋਰ ਵਧੀਆ, ਚੱਲ ਫਿਰ ਮਿਲਦੇ ਆ ਚੰਗਾ। ਹਾਂ ਹਾਂ ਠੀਕ ਹੈ ਠੀਕ ਹੈ ਵੀਰੇ, ਓਕੇ ਓਕੇ ਵੀਰੇ। ਸਿਮਰਨ ਲੈ ਯਾਰ ਪੱਗ ਦੀ ਪੋਣੀ ਕਰਾਈ, ਮੈਂ ਜਾਣਾ ਫਿਰ ਬਾਜ਼ਾਰ ਜਾ ਕੇ ਆਉਣਾ। ਚੱਲ ਵਧੀਆ ਹੋ ਗਿਆ, ਤੈਨੂੰ ਪੱਗ ਦੀ ਪੁਣੀ ਤਾਂ ਕਰਾਉਣੀ ਆਉਂਦੀ ਆ। ਪਹਿਲਾਂ ਤਾਂ ਮੈਂ ਸਰੀਏ ਨਾਲ ਬੰਨ ਬੰਨ ਮੱਥੇ ਮਾਰੀ ਜਾਂਦਾ ਸੀ, ਹੁੰਦੇ ਨੀ ਸਮਾਰ ਕੇ। ਇੱਥੇ ਲਾ ਤੂੰ ਸਮਾਰ ਕੇ। ਸੋਹਣਾ ਕੋਈ ਵੀ ਵੇਖਿਆ ਨਾ, ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ, ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ, ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ। ਬਾਂ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ, ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ। ਸਵਰਨ ਬਾਜ਼ਾਰ ਜਾਣਾ, ਮੈਂ ਕੁਛ ਲੈ ਕੇ ਦੇਣਾ ਬਾਜ਼ਾਰ ਚੋਂ? ਕੁਛ ਖਾਣ ਨੂੰ ਲੈ ਆਇਓ। ਹਾਂ ਮੈਂ ਲਿਆਉਂਗਾ। ਚੱਲ ਠੀਕ ਹੈ, ਮੈਂ ਪੱਗ ਬੰਨਣਾ ਫਿਰ ਅੰਦਰ ਜਾ ਕੇ। ਠੀਕ ਹੈ। ਰੱਖੀ ਸੋਹਣਿਆ ਵੇ ਤਾਂ ਤੂੰ ਬਦੀ ਬਣਾ ਕੇ, ਰੱਖੀ ਸੋਹਣਿਆ ਵੇ ਤਾਂ ਤੂੰ ਬਦੀ ਬਣਾ ਕੇ, ਹੋ ਦਿਲ ਕੋਲੋਂ ਕਰੀ ਜੇ ਨਾ ਦੂਰ ਸੋਹਣਿਆ ਵੇ ਝੂਠੇ ਪਰਮਾ ਜਿਆ ਕੇ, ਰੱਖੀ ਸੋਹਣਿਆ ਵੇ ਤਾਰ ਤੂੰ ਬੇਦੀ ਬਣਾ ਕੇ। ਇਹ ਰਿਸ਼ਤਾ ਦੋ ਰੂਹਾਂ ਵਾਲਾ ਚਾਹੁੰਦਾ ਰਹੂਗਾ ਅੜੀਏ, ਆ ਜਾ ਆਪਾਂ ਇਕੱਠੇ ਬਈਏ
की बना रहे पुत बेबे आज मैं मैगी बनाई है रोटी तो मैं बनाई थी सवेरे ओ बेबे रोटी असि रोज खाने आज असि न्यू डिश खावांगे मैगी चल पुत बढ़िया ना पुत दीप ने दिया हां हां मैं साढ़े तीन वास्ते पाई है पुत बढ़िया जेड़ा कुछ तेरा जी कह दे ना बना के खा लिया कर पुत असि तो बहुत गरीबी देखी असि तो कदे ऐसा कुछ बना के खादा नहीं थी अच्छा हां तो तुसी खा के दसो मेनू किद्दा दी बनी है कोई ना पुत जेड़ा तेरा चित मानदा ना वो खा लिया कर हां पहले तुसी खा के दसो मेनू तो बहुत बढ़िया है अस तक कदे खादी होती है चीज चलो खाओ फिर मैं दीप नु देख के आनी हां हां पुत असि तो पुत बहुत गरीबी देखी हुई थी सानू नहीं पता थे है जे खाने दा कोई ना तुसी फिकर ना करो हुन मैं आ गई ना हुन मैं बना बना के खवाया करूंगी शुक्रिया पुत लो दीप मैगी खा के दसो किवें बनी है अज मैगी बनाई है मैगी बनाई से वरना अज हां जी चल बढ़िया मेरे हुन रोटी साग सोगी बनाना सीख ला आ तो मेनू पते नु बनाउणी आउंदियां ने मैगी दा खा के दसो पहला किद्दा दी बनी है ओए हौली हलक जी मरल चमचा ले हुन मैं भी खवाई देना ओ बस बस मैं खा चल यार खा ला फिर तू तन्नू आंदियां चकने मैगी मैं कड़ा रोज मैगी खाना यार खा के दसो किवें बनी आ मिर्चे वा भर के निकदा हम ज्यादा मैगी स्पाइसी ही खाने का मजा आंदा फिक्की फिक्की नहीं ਹੁਣ ਸਾਗ ਬਣਾਉਣਾ ਮੈਂ ਸਿੱਖ ਲਾ ਬੇਬੇ ਦੇ ਨਾਲੇ ਕੋਈ ਨਾ ਸਿੱਖ ਲਾਂਗੀ ਪਹਿਲਾਂ ਜੋ ਆਂਦਾ ਉਹ ਤਾਂ ਖਾ ਲਓ ਸਿਮਰਨਾ ਕਾਹਦੀ ਦਾਲ ਬਣਾਈ ਅੱਜ ਦੇਖ ਲਓ ਪੀਲੀ ਦਾਲ ਬਣਾਈ ਹੈ ਚਲ ਵਧੀਆ ਸਿੱਖ ਗਈ ਬੇਬੇ ਦਾ ਇੰਨਾ ਕੁਝ ਕਰਨਾ ਤਾਂ ਸਿੱਖ ਹੀ ਗਈਆਂ ਇਹਨਾਂ ਨੂੰ ਜੀ ਦੀ ਗੱਲ ਰੋਟੀ ਟੋ ਬਣਾ ਲਾ ਭੁੱਖ ਲੱਗ ਰਹੀ ਆ ਯਾਰ ਸੇਤੀ ਬਣਾ ਲਾ ਭੁੱਖ ਲੱਗੀ ਪਈ ਐ ਸਿਮਰਨ ਬਣ ਰਹੀ ਐ ਜਿੰਨਾ ਟਾਈਮ ਲੱਗਣਾ ਉਹਨਾਂ ਤਾਂ ਲੱਗਣਾ ਹੀ ਆ ਰਜੱਗ ਤਾਂ ਮਚਾਲਾ ਯਾਰ ਲੱਕੜਾ ਲੁੱਕੜਾ ਅੱਗੇ ਕਰਦੇ ਚੱਲ ਕੋਈ ਨਾ ਹੌਲੀ ਹੌਲੀ ਸਿੱਖ ਜਾਂਗੇ ਇਹ ਦਾਲ ਬਣ ਸਿੱਖ ਗਈ ਚੱਲ ਬਸ ਤੁਹਾਨੂੰ ਹੋਰ ਨਾ ਫੋਕਾ ਮਾਰੀ ਜਾ ਸਿਮਰਨ ਦਾਲ ਥੱਲੇ ਲੱਗ ਜੂਗੀ ਫਿਰ ਅੱਜ ਤਾਂ ਯਾਰ ਥੱਕ ਗਏ ਕੰਮ ਤੋਂ एक तो आके आप काम करना पैंदा आप चूल्हे च अग मचाओ पहला फिर तत्ता पानी करो और ठंड च नहाया भी नहीं आंदा है होर यार औखी होया पै रहा मैनू इन्ने दिन हो गए गई नूं दस तू आ जा हुण अग जी मचाउणा गा फिर उन्हें लगता करना ही पऊगा जो हुण कल भी लाया चक्किया नहीं गया उन्हें यार होर यार मेरे कम वाला भाई भी कह लग गया हुण तां कि तू आ जा भाई आ जा ਤੈਨੂੰ ਕਰਨੀ ਪਊਗਾ ਫੋਨ ਨੂੰ ਐਂ ਕਰ ਦਿਓ ਡੈਡੀ ਨੂੰ ਲਾਉਣਾ ਫੋਨ ਮੇਰੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਸਿਹਤਾਂ ਠੀਕ ਨੇ ਤੁਹਾਡੀਆਂ ਹਾਂ ਪਰਮਾਤਮਾ ਦੀ ਕਿਰਪਾ ਪੁੱਤ ਦਾ ਮੈਂ ਰਮਨ ਨੂੰ ਫੋਨ ਲਾਇਆ ਸੀ ਉਹ ਚੱਕੇ ਨਹੀਂ ਰਹੀ ਕੀ ਗੱਲ ਆ ਉਹ ਪਤਾ ਕੀ ਗੱਲ ਆ ਪੁੱਤ ਅਸੀਂ ਛੋਟਾ ਜਿਹਾ ਆਪਣੀ ਫੈਮਿਲੀ 'ਚ ਵਿਆਹ ਆ ਗਿਆ ਸੀ ਇੱਕ ਅੱਛਾ ਬਾਪੂ ਜੀ ਹਾਂ ਹੁਣ ਜਾਣਾ ਪੈ ਗਿਆ ਤੁਰਤੋ ਤੁਰਤੀ ਕੰਮ ਹੋ ਗਿਆ ਜੀ ਅੱਛਾ ਬਾਪੂ ਜੀ ਹਾਂ ਬਾਕੀ ਉੱਥੇ ਤੇਰੀ ਭੂਆ ਨੇ ਰੱਖ ਲਈ ਤੀ ਮੈਂ ਆ ਗਿਆ ਜੀ ਘਰੇ ਉਹ ਤਾਂ ਹੀ ਨਹੀਂ ਫੋਨ ਕੰਮ ਦੀ ਪੁੱਤ ਕੋਈ ਹਾਂ ਬਾਪੂ ਜੀ ਮੈਂ ਤਾਂ ਹੀ ਕਹਿੰਦਾ ਸੀ ਰੋਟੀ ਦਾ ਬਹੁਤ ਔਖਾ ਹੋਇਆ ਪਿਆ ਮੈਂ ਵੀ ਕੰਮ ਤੇ ਜਾਣਾ ਹੁੰਦਾ ਸਵੇਰੇ ਹਨਾ ਅੱਛਾ ਪੁੱਤ ਹੋਰ ਭਾਂਡਾ ਟੀਕਰ ਦਾ ਆਪੇ ਕਰਨਾ ਪੈਂਦਾ ਬਾਪੂ ਜੀ ਹੁਣ ਕੰਮ ਵਾਲੇ ਭਾਈ ਵੀ ਮੈਨੂੰ ਕਹਿਣ ਲੱਗ ਗਏ ਮੈਂ ਤਾਂ ਹੀ ਕਹਿੰਦਾ ਸੀ ਵੀ ਲੈ ਜਾਂਦਾ ਕਿ ਮੈਂ ਠੀਕ ਆ ਪੁੱਤ ਤਾਂ ਹੀ ਕਰਾਂਗੇ ਤੇਰੀ ਭੂਆ ਨੂੰ ਮੈਂ ਅੱਜ ਸ਼ਾਮ ਨੂੰ ਮੈਂ ਫੋਨ ਕਰ ਦੂੰਗਾ ਹਾਂਜੀ ਵੀ ਭਾਈ ਰਮਨ ਨੂੰ ਛੱਡ ਜੂਗੀ ਕਦੋਂ ਉਹ ਆ ਗਈ ਉਦੋਂ ਤੋਂ ਲੈ ਜੀ ਪੁੱਤ ਤਾਂ ਗੱਲੇ ਕੁਛ ਨਹੀਂ ਹਾਂਜੀ ਬਾਪੂ ਜੀ ਫੋਨ ਕਰ ਦਿਓ ਤੁਸੀਂ ਜ਼ਰੂਰ ਕਰਾਂਗੇ ਪੁੱਤ ਮੈਂ ਤਾਂ ਹੀ ਫੋਨ ਲਾਇਆ ਸੀ ਬਾਪੂ ਜੀ ਪਹਿਲਾਂ ਮੈਂ ਉਹਨੂੰ ਫੋਨ ਲਾਇਆ ਸੀਗਾ ਤਾਂ ਹੀ ਜੱਕਰੀ ਵਿਆਹ 'ਚ ਬੀਜੀ ਹੋਣੀ ਮੈਨੂੰ ਲੱਗਦਾ ਥੋੜੀ ਮੋਟੀ ਕੰਮ ਨਾ ਪੁੱਤ ਵਿਆਹ 'ਚ ਤਾਂ ਨਹੀਂ ਬੀਜੀ ਹੋਣੀ ਇੱਕ ਆਪਣੇ ਬਾਗਲ 'ਚ ਘਰ ਨੇ ਦੂਰ ਉਹ ਕ ਇੱਧਰ ਵਿਹੜੇ 'ਚ ਆ ਜਾਂਦੇ ਨੇ ਤੇਰੀ ਭੂਆ ਦਾ ਵਿਹੜੇ 'ਚ ਘਰ ਆ ਠੀਕ ਹੈ ਬਾਪੂ ਜੀ ਹਾਂ ਉੱਥੇ ਫੋਨ ਚਾਰ ਚੂਰ ਜਲਾ ਤੇ ਆਉਣਾ ਚਲ ਉੱਥੇ ਬੱਚਿਆਂ ਨੇਗਾ ਇੱਧਰ ਆ ਗਈ ਹਾਂਜੀ ਬਾਪੂ ਜੀ ਕਰ ਦਿਓ ਫੋਨ ਫਿਰ ਹਨਾ ਮੇਰੇ ਤਾਂ ਬਹੁਤ ਔਖਾ ਹੋਇਆ ਪਿਆ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਇਹ ਤਾਂ ਕਦੋਂ ਆ ਗਈ ਤੇਰੀ ਭੂਆ ਨੂੰ ਸੁਨੇਹਾ ਲਾਵਾਂਗੇ ਰਮਨ ਆ ਗਈ ਤੂੰ ਲੈ ਜੀ ਫਿਰ ਹਾਂਜੀ ਬਾਪੂ ਜੀ ਅਸੀਂ ਨੇ ਕੀ ਕਰਾਉਣਾ ਪੁੱਤ ਹਾਂਜੀ ਬਾਪੂ ਰੋਟੀ ਤਾਂ ਬਹੁਤ ਔਖਾ ਹੋਇਆ ਪਿਆ ਮੈਂ ਕਹਿੰਦਾ ਪੁੱਤ ਕੋਈ ਗੱਲ ਹੀ ਨਹੀਂ ਠੀਕ ਹੈ ਬਾਪੂ ਜੀ ਹੋਰ ਯਾਰ ਅੱਗ ਫੇਰ ਬੁਝ ਗਈ ਯਾਰ ਇਹਨੂੰ ਮਚਾਉਣਾ ਓਹੋ ਇੱਕ ਤਾਂ ਸਿੱਖਾਂ ਵੀ ਮੁੱਕ ਗਈਆਂ ਯਾਰ ਡੱਬੀ ਫੜ ਕੇ ਲਿਆਉਣਾ ਮੈਂ ਜਾ ਕੇ ਹੁਣ ਮੈਂ ਇਹਦੀ ਭੂਆ ਨੂੰ ਫੋਨ ਲਾਵਾਂ ਵੀ ਕਵਾਂ ਭਾਈ ਰਮਨ ਨੂੰ ਛੱਡ ਜੇ ਨਾਲੇ ਮੈਂ ਉਹਨੂੰ ਇਹਦੀ ਭੂਆ ਨੂੰ ਕਿਹਾ ਤੀ ਵੀ ਭਾਈ ਸਾਡਾ ਘਰੇ ਨਹੀਂ ਸਰਦਾ ਪਰਾਉਣੇ ਦਾ ਐਂ ਪਤਾ ਨਹੀਂ ਲੱਗਦਾ ਕਦੋਂ ਫੋਨ ਆ ਜੇ
हूँ बेचारे ने आंसर तेन फोन कराया होना। चलो मैं कोई गल नहीं कहना भी भाई कुड़ी छड़ के जा, परौने का फोन आया भाई। ਬੇਬੇ ਤੈਨੂੰ ਕਹਿਣਾ ਸੀ ਨਾ ਮੈਂ ਕੱਲ ਮੇਰੀ ਛੁੱਟੀ ਪੂਰੀ ਹੋਈ ਬੇਬੇ ਮੈਂ ਜਾਣਾ ਦੁਬਾਰਾ ਡਿਊਟੀ ਤੇ। ਉੱਤ ਫਿਰ ਸਾਨੂੰ ਪਾ ਲਿਆ ਨਾ ਦੱਸਿਆ ਤਾਂ। ਉਹ ਬੇਬੇ ਮੈਂ ਪਹਿਲਾਂ ਤਾਂ ਨਹੀਂ ਦੱਸਿਆ ਗਿਆ, ਮੈਂ ਜੇ ਬੇਬੇ ਨੂੰ ਪਹਿਲਾਂ ਦੱਸਤਾ ਇਹਦਾ ਮੂਡ ਖਰਾਬ ਹੋ ਜਾਊਗਾ, ਮੈਂ ਤਾਂ ਕਰਕੇ ਬੇ ਪਹਿਲਾਂ ਤਾਂ ਦੱਸਿਆ ਨਹੀਂ ਗਿਆ। ਸਾਡੇ ਤਾਂ ਤੀਆਂ ਵਰਗੇ ਦਿਨ ਲੰਘ ਰਹੇ ਤੇ ਪੁੱਤ ਤਾਂ ਸਾਡਾ ਹੁਣ ਜੀ ਨਹੀਂ ਲੱਗਣਾ। ਓਹੋ ਬੇਬੇ ਕਦੋਂ ਬੌਲੀਆਂ ਗੱਲਾਂ ਕਰਦੀਆਂ, ਚੱਲ ਮੰਨਿਆ ਪਹਿਲਾਂ ਤੂੰ ਇਕੱਲੀ ਸਿਰਫ ਜੀ ਨਹੀਂ ਲੱਗਦਾ ਸੀਗਾ, ਹੁਣ ਤਾਂ ਸਿਮਰਨ ਵੀ ਆ ਗਈ, ਦੋਨੇ ਰਲ ਮਿਲ ਕੇ ਰਹਿ ਕਰੀ ਬੇਬੇ। ਚਲੋ ਪੁੱਤ ਹੁਣ ਲਾ ਜੀ ਤਾਂ ਲਾਉਣਾ ਹੀ ਪਊਗਾ। ਹੋਰ ਬੇਬੇ ਉਹਨੂੰ ਪਤਾ ਨਹੀਂ ਹੁਣ ਕੀ ਹੋਊਗਾ। ਪੁੱਤ ਨੂੰ ਸਮਝਾ, ਤੈਨੂੰ ਪਤਾ ਹੀ ਆ ਫਿਰ ਮੂਡ ਖਰਾਬ ਹੋ ਜਾਂਦਾ ਬੱਚੇ ਦਾ, ਤੂੰ ਜਾਵੇਂਗਾ ਸਾਡਾ ਤਾਂ ਜੀ ਨਹੀਂ ਲੱਗਣਾ। ਹਾਂ ਬੇਬੇ ਕੋਈ ਨਾ, ਤੁਸੀਂ ਇੱਕ ਦੂਜੇ ਨਾਲ ਮਿਲ ਕੇ ਰਹਿ ਕਰਿਓ ਹੁਣ। ਜਾ ਪੁੱਤ ਸਮਝਾਓ। ਹਾਂ ਮੈਂ ਸਮਝਾਉਣਾ ਬੇਬੇ, ਸਿਮਰ ਨੂੰ ਵੀ ਸਮਝਾਉਣਾ ਮੈਂ। ਹੋਰ ਪੁੱਤ ਸਿਮਰਨ ਕੀ ਹੋਇਆ ਤੈਨੂੰ? ਕੁਛ ਨਹੀਂ। ਮੇਰਾ ਦਾਦ ਯਾਰ ਕੀ ਹੋਇਆ? ਕੁਛ ਨਹੀਂ ਹੋਇਆ ਮੈਨੂੰ। ਫਿਰ ਕਿਉਂ ਐਵੇਂ ਮੂੰਹ ਲਟਕਾਇਆ ਤੈਨੇ? ਯਾਰ ਮੈਨੂੰ ਆਪਣੇ ਨਾਲ ਲੈ ਜਾਓ, ਮੇਰਾ ਇੱਥੇ ਇਕੱਲੀ ਦਾ ਜੀ ਨਹੀਂ ਲੱਗਣਾ। ਉਹ ਯਾਰ ਇਕੱਲੀ ਕਿੱਥੇ, ਬੇਬੇ ਹੈ ਤਾਂ ਗਈ ਆ, ਨਾਲੇ ਯਾਰ 2 ਮਹੀਨੇ ਤਾਂ ਗੱਲ ਆ ਗਈ, ਮੈਂ ਦੁਬਾਰਾ ਫੇਰ ਆ ਜਾਊਂਗਾ। ਪਰ ਫਿਰ ਵੀ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਓ ਬਸ। ਉਹ ਯਾਰ ਲੈ ਜਾਊਂਗਾ, ਹਜੇ ਆਪਣਾ ਨਵਾਂ ਨਵਾਂ ਵਿਆਹ ਹੋਇਆ, ਮੈਂ ਜਾ ਕੇ ਸਾਹਿਬ ਨਾਲ ਗੱਲ ਕਰੂੰਗਾ, ਜਿੱਥੇ ਕੁਆਟਰ ਮਿਲ ਗਿਆ ਬੇਬੇ ਤੈਨੂੰ ਨਾਲੇ ਲੈ ਜਾਊਂ ਯਾਰ ਮੈਂ। ਨਾਲੇ ਯਾਰ ਸਾਡਾ ਤਾਂ ਫਰਜ਼ ਬਣਦਾ, ਸਾਨੂੰ ਤਾਂ ਡਿਊਟੀ ਕਰਨੀ ਪਊਗੀ ਹੁਣ। ਤੂੰ ਟੈਨਸ਼ਨ ਨਾ ਲੈ, ਅਗਲੀ ਛੁੱਟੀ ਮੈਂ ਉੱਥੇ ਸਾਹਿਬ ਨਾਲ ਗੱਲ ਕਰਕੇ ਆਊਂਗਾ, ਜੇ ਆਪਾਂ ਨੂੰ ਕੁਆਟਰ ਮਿਲ ਗਿਆ ਨਾ ਬੇਬੇ ਤੈਨੂੰ ਨਾਲੇ ਲੈ ਜਾਊਂ ਮੈਂ ਯਾਰ। ਹੋਰ ਤੂੰ ਮੂੰਹ ਲਟਕਾ ਕੇ ਬੈਠੇ ਯਾਰ। ਪੱਕਾ? ਪੱਕਾ ਮੈਂ ਗੱਲ ਕਰਕੇ ਆਊਂਗਾ ਯਾਰ, ਨਾਲੇ 2 ਮਹੀਨੇ ਤਾਂ ਗੱਲ ਆ, ਮੈਂ ਫੇਰ ਆ ਜਾਊਂਗਾ ਯਾਰ। ਪਰ ਸਾਡਾ ਜੀ ਨਹੀਂ ਲੱਗਣਾ ਤੁਹਾਡੇ ਬਿਨਾ। ਉਹ ਕੁਛ ਨਹੀਂ ਹੁੰਦਾ ਯਾਰ, ਮੇਰੀ ਵੀ ਮਜਬੂਰੀ ਆ ਸਿਮਰਨ, ਫਿਰ ਮੈਨੂੰ ਵੀ ਜਾਣਾ ਪਊਗਾ ਨਾ ਡਿਊਟੀ ਤੇ ਯਾਰ। ਤੂੰ ਸਮਝਿਆ ਕਰ ਗੱਲ ਯਾਰ, ਕੋਈ ਨੀ ਆ 2 ਮਹੀਨੇ ਦੀ ਗੱਲ ਆ। ਚੱਲ ਤੂੰ ਹੁਣ ਐਵੇਂ ਕਰ, ਤੂੰ ਚੱਲ ਹੁਣ ਮੈਨੂੰ ਹੱਸ ਕੇ ਦਿਖਾ, ਐਵੇਂ ਰਿਹਾ ਕਰ, ਐਵੇਂ ਸੋਹਣੀ ਲੱਗਦੀ ਹੈ ਨਾਲੇ। ਚੱਲ ਨਾਲੇ ਐਵੇਂ ਕਰ, ਮੇਰੀ ਵਰਦੀ ਧੋਤੀ ਪਈ ਆ ਫਿਰ? ਹਾਂ ਮੈਂ ਧੋਤੀ ਸੀ। ਮੈਂ ਕਰ ਪ੍ਰੈਸ ਪ੍ਰੁਸ ਕਰ ਦੇ, ਟੈਚੀ 'ਚ ਪਾ ਕੇ ਰੱਖ ਦੇ, ਮੈਂ ਫਿਰ ਸਵੇਰੇ ਜਲਦੀ ਨਿਕਲਣਾ ਘਰੋਂ। ਠੀਕ ਹੈ। ਚੱਲ ਹੁਣ ਤੂੰ ਰੋਟੀ ਲਿਆ ਬਣਾ ਕੇ, ਮੈਂ ਸਵੇਰ ਦਾ ਭੁੱਖਾ ਕਰਦਾ ਸਿਮਰਨ। ਮੈਂ ਹੁਣੇ ਬਣਾਉਂਦੀ ਹਾਂ। ਹਾਂ ਹਾਂ ਅਤੇ ਲੈ ਕੇ ਆ ਬਣਾ ਕੇ ਫਿਰ। ਠੀਕ ਹੈ। ਓਹੋ ਸਿਮਰਨ ਯਾਰ ਕਿਉਂ ਮੂਡ ਜਿਹਾ ਖਰਾਬ ਕਰੀ ਇੰਨੀ ਆ ਤੂੰ, ਐਵੇਂ ਨਹੀਂ ਰੋਇਆ ਕਰਦੇ ਯਾਰ। ਦੀਪ ਤੁਸੀਂ ਚੱਲ ਜਾਓਗੇ ਨਾ, ਮੇਰਾ ਜੀ ਨਹੀਂ ਲੱਗਣਾ ਯਾਰ। ਉਹ ਯਾਰ ਫੇਰ ਕੀ ਹੋ ਗਿਆ, ਆ 2 ਮਹੀਨੇ ਦਾ ਗੱਲ ਆ ਯਾਰ, ਮੈਂ ਫੇਰ ਆ ਜਾਊਂਗਾ ਛੁੱਟੀ। ਤੁਸੀਂ ਮੈਨੂੰ ਵੀ ਆਪਣੇ ਨਾਲ ਲੈ ਜਾਓ। ਉਹ ਲੈ ਜਾਊਂਗਾ, ਲੈ ਜਾਊਂ ਤੈਨੂੰ ਵੀ ਨਾਲ ਲੈ ਜਾਊਂਗਾ ਯਾਰ। ਤੂੰ ਐਵੇਂ ਮੂਡ ਖਰਾਬ ਕਰੀ ਜਾਂਦੀ ਆ, ਤੈਨੂੰ ਕਹਾਂ ਤੂੰ ਮੈਨੂੰ ਖੁਸ਼ੀ ਖੁਸ਼ੀ ਤੋਰ, ਜੇ ਮੇਰੇ ਘਰ ਵਾਲਾ ਫੌਜੀ ਆ। ਮੈਂ ਸਾਰੀ ਗੱਲ ਸਮਝਦੀ ਹਾਂ, ਤੁਸੀਂ ਮੇਰੇ ਬਾਰੇ ਵੀ ਤਾਂ ਸੋਚੋ, ਮੈਂ ਕਿੱਦਾਂ ਰਹੂੰਗੀ ਤੁਹਾਡੇ ਬਿਨਾ। ਉਹ ਕੁਛ ਨਾ, ਬੇਬੇ ਹੈਗੇ ਯਾਰ, ਬੇਬੇ ਨਾਲ ਰਲ ਮਿਲ ਕੇ ਰਹੀਓ। ਬੇਬੇ ਹੈਗੀ ਆ ਮੈਂ ਮੰਨਦੀ ਆ, ਪਰ ਤੁਸੀਂ ਤੇ ਨਹੀਂ ਹੋਣਾ ਨਾ, ਤੇ ਮੇਰਾ ਜੀ ਕਿਵੇਂ ਲੱਗੂਗਾ? ਕੋਈ ਨਹੀਂ, ਜਦੋਂ ਕਹਿਣ ਲੱਗ ਰਿਹਾ ਯਾਰ ਸਿਮਰਨ, ਤੈਨੂੰ ਲੈ ਜਾਊਗਾ ਨਾਲ ਮੈਂ। ਤੈਨੂੰ ਕਹਾਂ ਤੂੰ ਮਾਣ ਮਹਿਸੂਸ ਕਰ ਯਾਰ, ਵੀ ਤੇਰੇ ਘਰ ਵਾਲਾ ਫੌਜੀ ਆ, ਦੇਸ਼ ਦੀ ਰੱਖਿਆ ਕਰਦਾ ਯਾਰ। ਨਾਲੇ ਯਾਰ ਗੱਲ ਹੋਰ ਆ, ਮੈਨੂੰ ਤਾਂ ਘਰ ਦੇ ਤਾਂ ਬਾਅਦ ਚ ਨੇ, ਪਹਿਲਾਂ ਮੈਨੂੰ ਫੌਜ ਜ਼ਰੂਰੀ ਹੈਗੀ। ਜਾਓ ਫਿਰ ਜਾ ਕੇ ਨਾ ਤੁਸੀਂ ਆਪਣੀ ਡਿਊਟੀਆਂ ਹੀ ਦੇਖੋ। ਯਾਰ ਤੂੰ ਇਹ ਮੂਡ ਖਰਾਬ ਕਰੀ ਜਾਂਦੀ ਆ, ਨਾਲੇ ਮੇਰਾ ਮੂਡ ਖਰਾਬ ਕਰਕੇ ਧਰਤਾ ਯਾਰ ਤੈਂ। ਤੈਨੂੰ ਕਹਾਂ ਤੂੰ ਹੱਸ ਕੇ ਤੋਰ ਵੀ, ਹਾਂ ਜੀ ਜਾਓ ਜੀ, ਮੇਰਾ ਵੀ ਮਾਣ ਵਧੂਗਾ ਵੀ ਹਾਂ ਹੱਸ ਕੇ ਤੋਰਿਆ ਮੈਨੂੰ ਘਰਦਿਆਂ ਨੇ ਵੀ। ਉਹੀ ਨਹੀਂ ਮੂਡ ਖਰਾਬ ਕਰਿਆ ਕਰਦੇ ਸਿਮਰਨ। ਮੈਨੂੰ ਨਹੀਂ ਪਤਾ, ਜਾਓ ਤੁਸੀਂ। ਓਹੋ ਯਾਰ ਤੂੰ ਤਾਂ ਕੁਛ ਹੱਸ ਕੇ ਦਿਖਾ ਚੱਲ ਮੈਨੂੰ ਹੁਣ ਯਾਰ, ਫਿਰ ਮੈਂ ਜਾਣਾ ਸੀ ਤੇ ਮੇਰੀ ਟ੍ਰੇਨ ਲੇਟ ਹੋ ਜਾਂਦੀ ਆ, ਹੱਸ ਕੇ ਦਿਖਾ ਹੁਣ ਮੈਨੂੰ ਚੱਲ। ਅਦਕੇ ਬੌਲੀ ਜੀ ਐ ਸੋਹਣੀ ਲੱਗਦੀ ਆ ਤੂੰ, ਉਹੀ ਨਹੀਂ ਮੂਡ ਖਰਾਬ ਕਰਿਆ ਕਰਦੇ। ਪਰ ਹੱਸਿਆ ਵੀ ਨਹੀਂ ਜਾਂਦਾ ਨਾ, ਨਹੀਂ ਜੀ ਲੱਗਣਾ ਮੈਨੂੰ ਪਤਾ। ਉਹ ਕੁਛ ਨਹੀਂ ਹੁੰਦਾ, ਮੈਂ ਆ ਜਾਊਂਗਾ ਯਾਰ, ਤੂੰ ਤਾਂ ਯਾਰ ਨਾਲੇ ਯਾਰ ਤੂੰ ਐਵੇਂ ਨਾ ਮਨ ਹੌਲਾ ਕਰਿਆ ਕਰ ਸਿਮਰਨ। ਆਹੀ ਯਾਰ ਹੁਣ ਮੈਂ 2 ਮਹੀਨੇ ਬਾਅਦ ਫਿਰ ਸੁੱਤੀ ਆ ਜਾਣਾ, ਤੈਨੂੰ ਕਹਾਂ ਤੂੰ ਮਾਣ ਕਰ, ਇੱਕ ਫੌਜੀ ਦੇ ਘਰ ਵਾਲੀ ਆ ਵੀ ਮੇਰਾ ਘਰ ਵਾਲਾ ਫੌਜ ਦੇਸ਼ ਦੀ ਰੱਖਿਆ ਕਰਦਾ ਗਾ। ਤੁਸੀਂ ਮੈਨੂੰ ਨਹੀਂ ਪਤਾ, ਮੇਰੇ ਨਾਲ ਵਾਅਦਾ ਕਰੋ ਤੁਸੀਂ ਅਗਲੀ ਛੁੱਟੀ ਆਓਗੇ ਤਾਂ ਮੈਨੂੰ ਵੀ ਨਾਲ ਲੈ ਕੇ। ਹਾਂ ਹਾਂ ਯਾਰ ਲੈ ਜਾਊਂਗਾ ਮੈਂ, ਨਾਲੇ ਤੂੰ ਐਂ ਕਰੀ ਬੇਬੇ ਧਿਆਨ ਰੱਖੀ ਮੇਰੇ ਜਾਣ ਮਗਰੋਂ, ਠੀਕ ਹੈ ਨਾ? ਨਾਲੇ ਚੁੱਪ ਕਰ ਆ, ਰੋ ਜਾਂਦੀਆਂ ਪਾਗਲਾਂ ਵਾਂਗੂ। ਚੱਲ ਸਾਨੂੰ ਕਹਾਂ ਮੈਨੂੰ ਖੁਸ਼ੀ ਖੁਸ਼ੀ ਤੋਰ, ਮੇਰਾ ਵੀ ਜੀ ਲੱਗੇ ਵੀ ਹਾਂ ਮੈਨੂੰ ਘਰਦਿਆਂ ਨੇ ਖੁਸ਼ੀ ਖੁਸ਼ੀ ਤੋਰਿਆ ਘਰੋਂ, ਨਾਲੇ ਸਾਡਾ ਤਾਂ ਹਜੇ ਕੰਮ ਆ, ਕਦੇ ਆ ਗਏ ਕਦੇ ਬਾਗੇ ਕਦੇ ਆ ਗਏ। ਚੱਲ ਠੀਕ ਹੈ ਜੀ, ਮੈਨੂੰ ਚੱਲਦਿਆਂ ਹੁਣ ਆਇਆ ਭੱਜਿਆ, ਗੇਟ ਤੱਕ ਛੱਡਦੇ ਬੇਬੇ ਨੂੰ ਮਿਲਦੇ ਨਾਲੇ ਆ ਜਾ।
ਚੰਗਾ ਬੇਬੇ ਚੱਲਿਆ ਫਿਰ ਮੈਂ ਚੰਗਾ ਪੁੱਤ ਧਿਆਨ ਨਾਲ ਜਾਈ ਪੁੱਤ ਹਾਂ ਹਾਂ ਬੇਬੇ ਹਾਂ ਤੂੰ ਵੀ ਧਿਆਨ ਰੱਖਿਓ ਠੀਕ ਹੈ ਬੇਬੇ ਪੈਸਾ ਤੱਕ ਧਿਆਨ ਨਾਲ ਪੁੱਤ ਹਾਂ ਬੇਬੇ ਟਾਈਮ ਨਾਲ ਰੋਟੀ ਵੀ ਖਾ ਲਿਆ ਕਰੀ ਪੁੱਤ ਸਿਮਰਨ ਰੋਣਾ ਹੁਣ ਮੇਰਾ ਮਨ ਨਾ ਖਰਾਬ ਤੁਸੀਂ ਚੰਗਾ ਠੀਕ ਹੈ ਤੁਸੀਂ ਨੂੰ ਹੁੰਦਾ ਯਾਰ ਮੈਂ 2 ਮਹੀਨੇ ਦੀ ਗੱਲ ਆ ਮੈਂ ਫੇਰ ਆ ਜਾਊਂਗਾ ਹੁਣ ਤੁਸੀਂ ਦੋਨੇ ਰੱਖ ਕੇ ਰਹਿਣਾ ਠੀਕ ਹੈ ਨਾ ਚੰਗਾ ਬੇਬੇ ਰੋਣਾ ਬੇਬੇ ਉਹੀ ਨਾ ਮਨ ਖਰਾਬ ਕਰੀ ਜਾ ਹੁਣ ਤੋਂ ਅੱਜ ਇਹ 2 ਮਹੀਨੇ ਦੀ ਗੱਲ ਆ ਬੇਬੇ ਹੁਣ ਫੇਰ ਆ ਜਾਊਂਗਾ ਆਪਸ ਮੈਂ ਚੰਗਾ ਬੇਬੇ ਮੈਂ ਚੱਲਦਾ ਚੰਗਾ ਬੇਬੇ ਬਾਏ ਪੁੱਤ ਸਿਮਰ ਨੇ ਰੋਇਆ ਨੀ ਕਰਦੇ ਪੁੱਤ ਹੁਣ ਮੇਰਾ ਵੀ ਤਾਂ ਪੁੱਤ ਹੈ ਮੈਂ ਵੀ ਤਾਂ ਮਾਂ ਉਹਦੀ ਨਾ ਮੇਰੇ ਸ਼ੇਰ ਉਹਨੇ ਤਾਂ ਜਾਣਾ ਹੀ ਆਪਦੀ ਡਿਊਟੀ ਤੇ ਕਿੰਨਾ ਸੋਹਣਾ ਕੰਮ ਹੈ ਉਹਦੇ ਜਵਾਕ ਦਾ ਹੀ ਨੀ ਕਰਦੇ ਹੱਸ ਜਾਂ ਹੱਸਦੇ ਤੋਰਿਆ ਕਰਦੇ ਨੇ ਪੁੱਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਅਤੇ ਜਿਹੜੀ ਹੁਣੇ ਤੁਸੀਂ ਵੀਡੀਓ ਦੇਖ ਕੇ ਹਟੇ ਹੋ ਕਿਵੇਂ ਲੱਗੀ ਆ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕਰੀ ਆ ਅਤੇ ਆਹ ਦੇਖੋ ਸਾਗਰ ਇਹਨਾਂ ਲੱਗ ਰਹੇ ਹਾਂ ਹਲੇ ਵੀ ਅਸੀਂ ਅਤੇ ਬਣਾਵਾਂਗੇ ਵੀ ਅਤੇ ਖਾਵਾਂਗੇ ਵੀ ਅਤੇ ਤੁਹਾਨੂੰ ਵੀ ਖਵਾਵਾਂਗੇ ਚੱਲ ਸਿੱਖ ਜਾਓਗੇ ਬੇਬੇ ਸਿੱਖਿਆ ਦੂਗੀ ਸਾਨੂੰ ਬਿਨ ਅਤੇ ਫਿਰ ਆਪਣੀ ਵੀਡੀਓ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਅਤੇ ਘੈਂਟ ਘੈਂਟ ਵੀਡੀਓ ਆਉਂਦੀਆਂ ਰਹਿਣਗੀਆਂ ਅਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਚੈਨਲ 'ਤੇ ਨਵੇਂ ਆਏ ਨੇ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਅਤੇ ਅੱਗੇ ਇੱਦਾਂ ਪਿਆਰ ਬਣਾਈ ਰੱਖਿਓ ਵੀਰੇ ਵਾਧੂ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ ਅਤੇ ਬਾਕੀ ਐਂਡ ਸਾਡੇ ਮੈਡਮ ਸਾਹਿਬ ਜੀ ਬੋਲਣਗੇ ਮੈਂ ਤਾਂ ਇਹੀ ਕਹਾਂਗੀ ਕਿ ਬਸ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਜੇ ਤੁਹਾਨੂੰ ਵਧੀਆ ਲੱਗੀ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਠੀਕ ਹੈ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਦੇ ਪਹਿਲੇ 15 ਕਮੈਂਟ ਕਰੇ ਸੀ ਉਹਨਾਂ ਦਾ ਨਾਮ ਨੇ ਜਸ਼ਨ ਜੇ ਕਿਸੇ ਦਾ ਨਾਮ ਕੌਰ ਗਾਗਰੀਵਾਲ ਕਸ਼ਮੀਰ ਜਿੱਤਲਾ ਪਹਿਲੇ ਭਾਗ ਨਹੀਂ ਦੇਖਿਆ ਇੱਕ ਵਾਰ ਭਾਗ ਦੇਖ ਲਓ ਸਾਰੇ ਵੀਡੀਓ ਦੇ ਪਿਛਲੀਆਂ